ਪੰਜਾਬ ਸਰਕਾਰ ਦੇ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਵੱਲੋਂ ਵਿਸ਼ੇਸ਼ ਕੇਂਦਰੀ ਸਹਾਇਤਾ SCA ਸ਼ੈਡਿਊਲਡ ਕਾਸਟ ਸਬ ਪਲਾਨ ਅਧੀਨ ਪੰਜਾਬ ਰਾਜ ਨਾਲ ਸੰਬੰਧਿਤ ਅਨੁਸੂਚਿਤ ਜਾਤੀ ਦੇ 22 ਪਰਿਵਾਰਾਂ ਦੀਆਂ ਮਹਿਲਾਵਾਂ ਨੂੰ ਸਵੈ ਰੋਜ਼ਗਾਰ ਸਕੀਮ ਤਹਿਤ ਸਿਲਾਈ ਮਸ਼ੀਨਾਂ ਦੀ ਵੰਡ ਪਿੰਡ ਚੁਰੇੜੀ ਮੋਹਾਲੀ ਵਿਖੇ ਸਰਦਾਰ ਕੁਲਵੰਤ ਸਿੰਘ ਹਲਕਾ ਵਿਧਾਇਕ SAS ਨਗਰ ਵੱਲੋਂ ਕੀਤੀ ਗਈ। ਸਮਾਜ ਭਲਾਈ ਵਿਭਾਗ ਦੇ ਵਿੱਚ ਸ਼ੈਡਿਊਲਡ ਕਾਸਟ ਕੋਟੇ ਦੇ ਵਿੱਚੋਂ ਇਹ ਆਈਆਂ ਨੇ 22 ਮਸ਼ੀਨਾਂ ਅੱਜ ਦਿੱਤੀਆਂ ਨੇ ਸਿਲਾਈ ਮਸ਼ੀਨ। ਇੱਥੇ ਸੈਂਟਰ ਚੱਲ ਰਹੇ ਨੇ ਦੋ, ਉਹਨਾਂ ਦੇ ਵਿੱਚ ਜਿਨ੍ਹਾਂ ਨੇ ਸਿਖਲਾਈ ਪ੍ਰਾਪਤ ਕਰ ਚੁੱਕੇ ਨੇ ਉਹਨਾਂ ਨੂੰ ਇਹ ਮਸ਼ੀਨਾਂ ਦਿੱਤੀਆਂ ਗਈਆਂ ਨੇ। ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਹ ਸਿਲਸਿਲਾ ਜਿਹੜਾ ਲਗਾਤਾਰ ਜਾਰੀ ਆ, ਪਹਿਲਾਂ ਵੀ ਅਸੀਂ ਇਹ ਲਗਾਤਾਰ ਰੱਖਿਆ ਹੋਇਆ ਜਾ ਰਹੀ ਬੜਮਾਜਰੇ ਜੁਝਾਰ ਨਗਰ ਹੋਰ ਕਈ ਜਗ੍ਹਾ 'ਤੇ ਅਸੀਂ ਵੱਢ ਰਹੇ ਹਾਂ ਅਤੇ ਬਲੌਂਗੀ ਸਾਰਾ ਕੁਛ ਹੋ ਰਿਹਾ, ਉੱਥੇ ਵੀ ਸੈਂਟਰ ਚੱਲ ਰਹੇ ਨੇ ਅਤੇ ਇੱਥੇ ਵੀ ਸੈਂਟਰ ਚੱਲ ਰਹੇ ਨੇ, ਮਸ਼ੀਨਾਂ ਦਿੱਤੀਆਂ ਨੇ। ਹੋਰ ਵੀ ਜਿਹੜੀਆਂ ਰਹਿ ਗਈਆਂ ਨੇ ਉਹ ਬੜੀਆਂ ਜਲਦੀ ਆ ਜਿਹੜੀਆਂ ਦਿੱਤੀਆਂ ਜਾਣਗੀਆਂ ਨੇ ਏਰੀਏ ਦੇ ਵਿੱਚ, ਹੋਰ ਵੀ ਅੱਗੇ ਕੰਮ ਚੱਲਦਾ ਰਹੂ। ਨਹੀਂ ਨਹੀਂ ਉਹ 22 ਦੀਆਂ ਮਸ਼ੀਨਾਂ ਨੇ, ਜਿੰਨੀਆਂ ਮਸ਼ੀਨਾਂ ਇੱਕ ਤਾਂ SC ਕੋਟੇ 'ਚ ਆਈਆਂ ਨੇ, ਦੂਜਾ ਜਿੰਨੀਆਂ ਮਸ਼ੀਨਾਂ ਆਈਆਂ ਨੇ ਉਨੀਆਂ ਦੇਣੀਆਂ ਨੇ। ਭਾਈ ਕਈ ਵਾਰੀ ਤੁਹਾਨੂੰ ਪਤਾ ਵੀ ਕਾਹਲੀ ਪੈ ਜਾਂਦੇ ਲੋਕ ਵੀ ਸਾਨੂੰ ਵੀ ਦਿਓ ਸਾਨੂੰ ਵੀ ਦਿਓ, ਇਦੋਂ ਵੱਧ ਕੁਛ ਨਹੀਂ ਹੈਗਾ, ਉਹਨਾਂ ਨੂੰ ਵੀ ਮਿਲ ਜਾਣੇ ਨੇ ਪਰ ਉਹ ਕਾਹਲੀ ਕਰ ਰਹੇ ਨੇ, ਜਿੰਨੀਆਂ ਮਸ਼ੀਨਾਂ ਆਈਆਂ ਉਨੀਆਂ ਹੀ ਦੇਣੀਆਂ। ਚੰਡੀਗੜ੍ਹ ਏਅਰਪੋਰਟ ਇਸ ਪਿੰਡ ਦੀ ਜਿਹੜੀ ਜ਼ਮੀਨ ਤੇ ਪਰ ਕਹਿੰਦੇ ਕਈ ਤਰ੍ਹਾਂ ਦੀਆਂ ਸਮੱਸਿਆ ਨੇ ਪਿੰਡ ਦੇ ਵਿੱਚ, ਪਾਣੀ ਦੀ ਹੋਵੇ ਤਾਂ ਹੋਰ ਕਈ ਸਮੱਸਿਆ ਨੇ ਜੁੜੇ, ਸੜਕਾਂ ਦੀ ਕਹਿੰਦੇ ਬੁਰੀ ਹਾਲਤ, ਲੋਕਾਂ ਨੂੰ ਭਰੋਸਾ ਤਾਂ ਆਇਓ ਤੁਸੀਂ ਇੱਥੇ, ਕਿਉਂਕਿ 15 ਸਾਲ ਤੋਂ ਸਾਬਕਾ ਮੰਤਰੀ ਰਿਹਾ ਇਸ ਸੜਕਾਂ ਨੇ ਉਹ ਵੀ ਬਹੁਤ ਜਲਦੀ ਰਿਪੇਅਰ ਹੋਣੇ ਹੋ ਜਾਣਗੀਆਂ ਤੇ ਜਿਹੜੀ ਨਵੀਂ ਆ ਉਹ ਵੀ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਣਗੀਆਂ। 6 ਮਹੀਨੇ ਦੇ ਵਿੱਚ ਜਿਹੜੀ ਸੜਕਾਂ ਦਾ ਉਹ ਕੰਮ ਹੋ ਜਾਊਗਾ, ਟਿਊਬਵੈੱਲ ਦਾ ਭਰੋਸਾ ਮੈਂ ਦੇ ਦਿੱਤਾ ਵੀ ਮਹੀਨੇ ਦੇ ਵਿੱਚ ਲੱਗ ਜਾਊਗਾ।